गुरमीत राम रहीम जेल कदों चला गया खबर यह बढ़िया करनी, बाहर कदों आ गया खबर बंद हो जानी है, क्योंकि जनाब रहिंदे ही बाहर। बंदी सिंघा ने अपनियां सजावां कदों दीआं पूरियां कीतियां, उन्होंने रिहा नहीं को करदा। दूजे पासे जिहदे उत्ते जबर जनाह दे केस आ, जिहदे उत्ते कतल दे केस आ, जिहनूं उम्र कैद होई भी आ, उहनूं साल च तीन वारी पैरोल मिल जांदी आ। मेरी एक बारी एक प्रेमी नाल गल होगी, वह भाई मैनूं अगों पै गया, मैं कहा की गल बन गई, कहिंदे पिता जी ने आपदे पिंडे दे उत्ते अपनी बॉडी दे तन दे उत्ते सारियां समस्यावां लै लईआं, जेकर वह जेल दे विच ना जांदे तां पता ही नहीं की परलों आ जाणी सी धरती दे उत्ते। वह कहिंदे साडे पिता जी ने सारा कुछ छड्ड लिया, मैं कहा सदके जावां तेरे, तैनूं देंगे बहुत वड्डा, तैनूं पद्मश्री मिलना चाहिए तैनूं। ਕੈਪਟਨ ਸਾਹਿਬ ਪਤਾ ਲੱਗਾ ਜੀ ਕਹਿੰਦੇ ਗੁਰਮੀਤ ਰਾਮ ਰਹੀਮ ਹੁਣੀ ਫਿਰ ਜੇਲ੍ਹ ਤੋਂ ਬਾਹਰ ਆਉਣ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲ ਰਹੀਆਂ ਕਿ ਜੇਲ੍ਹ 'ਚ ਵਾਪਸ ਤਾਂ ਹੁਣ ਜੇ ਗਿਆ ਸੀ ਮੇਰੇ ਖਿਆਲ ਨਾਲ ਹਫਤੇ ਤੋਂ ਹਫਤੇ ਦੀ ਗੱਲ ਹੈ ਟੈਣਾ ਸਾਹਿਬ ਜੀ, ਮੈਂ ਨਹੀਂ ਗੱਲ। ਬਿਲਕੁਲ ਬਾਈ ਜੀ, ਮੈਨੂੰ ਤਾਂ ਲੱਗਦਾ ਨਾ ਉਹਦੇ ਸਮੇਂ ਦੇ ਵਿੱਚ ਗੁਰਮੀਤ ਰਾਮ ਰਹੀਮ ਜੇਲ੍ਹ ਕਦੋਂ ਚਲਾ ਗਿਆ ਖਬਰ ਇਹ ਬਣਿਆ ਕਰਨੀ, ਬਾਹਰ ਕਦੋਂ ਆ ਗਿਆ ਖਬਰ ਬੰਦ ਹੋ ਜਾਣੀ ਹੈ ਜੀ, ਕਿਉਂਕਿ ਜਨਾਬ ਰਹਿੰਦੇ ਹੀ ਬਾਹਰ ਆ, ਜੇਲ੍ਹ ਜਾਂਦੇ ਕਦੇ ਕਦੇ ਉਦੋਂ ਖਬਰ ਬਣਨੀ ਚਾਹੀਦੀ ਆ ਜੀ। ਗੁਰਮੀਤ ਰਾਮ ਰਹੀਮ ਤਾਂ ਐਂ ਜਾਂਦੇ ਜਿਵੇਂ ਨਾ ਆਪਾਂ ਨਿੱਕੇ ਹੁੰਦੇ ਨਾਨਕੇ ਜਾਂਦੇ ਹੁੰਦੇ ਸੀ ਵੀ ਛੁੱਟੀਆਂ ਹੋਊਗੀਆਂ, ਚਲੋ ਵੀ ਭੱਜ ਕੇ, ਚਲੋ ਵੀ ਫਿਰ ਚੱਲ ਗਏ 20 ਦਿਨ ਫਿਰ ਲਾ ਗਏ, ਆ ਸਕੂਲਾਂ 'ਚ ਹਫ਼ਤਾ ਛੁੱਟੀਆਂ ਫਿਰ ਆਪਾਂ ਭੱਜ ਕੇ ਨਾਨਕੇ ਜਾ ਗਏ। ਉਹ ਨਾਨਕੇ ਪਿੰਡ ਦਾ ਚਾਅ ਵੱਖਰਾ ਹੁੰਦਾ, ਪਰ ਜਨਾਬ ਨੂੰ ਮੌਕੇ ਇੰਨੇ ਮਿਲਦੇ ਆ ਅੰਦਰ ਬੈਠਿਆਂ ਨੂੰ ਵੀ ਮੈਂ ਹੈਰਾਨ ਹੁੰਦਾ। ਇੱਕ ਪਾਸੇ ਤਾਂ ਬਾਈ ਜੀ ਬੰਦੀ ਸਿੰਘ ਆ, ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਕਦੋਂ ਦੀਆਂ ਪੂਰੀਆਂ ਕੀਤੀਆਂ, ਉਹਨਾਂ ਨੂੰ ਰਿਹਾ ਨਹੀਂ ਕੋਈ ਕਰਦਾ। ਦੂਜੇ ਪਾਸੇ ਜਿਹਦੇ ਉੱਤੇ ਜਬਰ ਜਨਾਹ ਦੇ ਕੇਸ ਆ, ਜਿਹਦੇ ਉੱਤੇ ਕਤਲ ਦੇ ਕੇਸ ਆ, ਜਿਹਨੂੰ ਉਮਰ ਕੈਦ ਹੋਈ ਵੀ ਆ, ਉਹਨੂੰ ਸਾਲ 'ਚ ਤਿੰਨ ਵਾਰੀ ਪੈਰੋਲ ਮਿਲ ਜਾਂਦੀ ਆ। ਇਹ ਮਾਜਰਾ ਕੀ ਆ? ਆ ਹੁਣੇ ਹੁਣੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਗਿਆ ਤੇ ਉਹਨੇ ਫਿਰ ਅਰਜ਼ੀ ਲਿਖਤੀ ਆ, ਕਹਿੰਦਾ ਜੀ 25 ਤਰੀਕ ਨੂੰ ਸ਼ਾਹ ਸਤਨਾਮ ਦਾ ਜਨਮ ਦਿਨ ਆ, 25 ਜਨਵਰੀ ਨੂੰ ਹਰਿਆਣੇ ਦੇ ਵਿੱਚ ਰਾਜਸਥਾਨ ਇੱਧਰ ਸਿਰਸੇ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਤੇ ਮੈਂ ਉਹਦੇ ਵਿੱਚ ਹਿੱਸਾ ਲੈਣਾ। ਤੇ ਹੁਣ ਪਤਾ ਲੱਗਾ ਜੀ ਕਿ ਇਸ ਮਾਮਲੇ ਦੇ ਉੱਤੇ ਜੇਲ੍ਹ ਦਾ ਪ੍ਰਸ਼ਾਸਨ, ਉੱਥੋਂ ਦੇ ਬਾਕੀ ਅਧਿਕਾਰੀ ਆ ਜਿਹੜੇ, ਉਹ ਜਾਇਜ਼ਾ ਲੈ ਰਹੇ ਵੀ ਭਾਈ ਕੋਈ ਖਤਰਾ ਤਾਂ ਨਹੀਂ ਪੈਦਾ ਹੋਊਗਾ, ਇੱਦਾਂ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਸੋ ਬਾਈ ਜੀ, ਲੋਕ ਬੜੇ ਨਾ ਮਗਰ ਲੱਗਣ ਵਾਲੇ ਆ, ਲੋਕਾਂ ਦੇ ਉੱਤੇ ਬਾਹਲਾ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਲੋਕ ਤਾਂ ਜਿਹਦੇ ਪਿੱਛੇ ਲੱਗਦੇ ਲੱਗੇ ਹੀ ਰਹਿੰਦੇ ਆ। ਹੁਣ ਸਾਡੇ ਪਿੰਡਾਂ ਦੇ ਵੱਲ ਮਾਲਵਾ ਖੇਤਰ ਦੇ ਵਿੱਚ ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਗੁਰਮੀਤ ਰਾਮ ਰਹੀਮ ਨੂੰ ਪਿਤਾ ਜੀ ਕਹਿੰਦੇ ਆ, ਆਪਦੇ ਭਾਪੇ ਨੂੰ ਭਾਵੇਂ ਪਾਣੀ ਦਾ ਗਲਾਸ ਨਾ ਫੜਾਉਣ ਪਰ ਇਹ ਪਿਤਾ ਜੀ ਆ, ਆਪਣੀ ਦੀਦੀ ਨੂੰ ਭਾਵੇਂ ਦੀਦੀ ਨਾ ਕਹਿਣ ਪਰ ਹਨੀਪ੍ਰੀਤ ਰੂਹ ਦੀ ਆ, ਰੂਹ ਦੀ ਦੀਦੀ ਆ ਉਹ। ਸੋ ਲੋਕ ਏਦਾਂ ਹੀ ਹੁੰਦੇ ਆ, ਲੋਕ ਆਪਦੇ ਬਾਪੂ ਜੀ ਦੀ ਭਾਵੇਂ ਸਤਿਕਾਰ ਨਾ ਕਰਨ ਪਰ ਆਸਾ ਰਾਮ ਨੂੰ ਬਾਪੂ ਜ਼ਰੂਰ ਕਹਿੰਦੇ ਆ। ਇਹ ਲੋਕਾਂ ਦੀ ਫਿਤਰਤ ਆ ਵੀ ਲੋਕ ਕਿਸੇ ਦੇ ਵੀ ਪਿੱਛੇ ਲੱਗ ਜਾਂਦੇ ਹੁੰਦੇ ਆ। ਮੈਂ ਸਿਰਫ ਇੰਨੀ ਬੇਨਤੀ ਕਰਦਾ ਵੀ ਚਲੋ ਕਿਤੇ ਜਾਣਾ ਕਿਤੇ ਨਹੀਂ ਜਾਣਾ ਬੰਦੇ ਦੀ ਆਪਦੀ ਨਿੱਜੀ ਮਰਜ਼ੀ ਆ, ਪਰ ਭਾਈ ਡੇਰਿਆਂ ਦੇ ਵੱਲ ਜਦੋਂ ਵੀ ਜਾਂਦੇ ਆ ਨਾ, ਉਦੋਂ ਇਹ ਦੇਖਿਆ ਕਰੋ ਵੀ ਭਾਈ ਕਿਹੜੇ ਡੇਰੇ ਦੇ ਵਿੱਚ ਚੰਗਾ ਕੰਮ ਹੁੰਦਾ ਕਿਹੜੇ 'ਚ ਗਲਤ ਆ। ਜਦੋਂ ਸਾਨੂੰ ਪਤਾ ਵੀ ਭਾਈ ਇਹਦੇ ਉੱਤੇ ਇੰਨੇ ਦੋਸ਼ ਲੱਗ ਗਏ, ਜ਼ਿਆਦਾ ਕਹਿੰਦੇ ਆਪਾਂ ਸੁਪਰੀਮ ਕੋਰਟ ਨੂੰ ਵੀ ਕੁਛ ਨਹੀਂ ਮੰਨਦੇ, ਇਹਦਾ ਮਤਲਬ ਇਹ ਆ ਆਪਾਂ ਹਾਈ ਕੋਰਟ ਨੂੰ ਵੀ ਕੁਛ ਨਹੀਂ ਮੰਨਦੇ ਗੇ। ਸੋ ਇੱਕ ਪਾਸੇ ਕਹਿੰਦੇ ਵੀ ਦੇਸ਼ ਦੀ ਸਿਖਰਲੀ ਅਦਾਲਤ ਆ, ਜੱਜ ਸਾਹਿਬ ਦਾ ਫੈਸਲਾ ਸਰਵੋਤਮ ਆ, ਤੇ ਦੂਜੇ ਪਾਸੇ ਆਪਾਂ ਇਹ ਗੱਲ ਕਹਿੰਦੇ ਇੱਦਾਂ ਸਾਡੇ ਪਿਤਾ ਜੀ ਤਾਂ ਆਪਦੇ ਪਿੰਡੇ ਦੇ ਉੱਤੇ ਦੁੱਖ ਤਕਲੀਫਾਂ ਝੱਲ ਕੇ ਭਾਰਤ ਦੇ ਸਮੱਸਿਆਵਾਂ ਖਤਮ ਕਰਨ ਗਏ ਆ। ਮੇਰੀ ਇੱਕ ਵਾਰੀ ਇੱਕ ਪ੍ਰੇਮੀ ਨਾਲ ਗੱਲ ਹੋ ਗਈ, ਉਹ ਭਾਈ ਮੈਨੂੰ ਅੱਗੋਂ ਪੈ ਗਿਆ, ਮੈਂ ਕਿਹਾ ਕੀ ਗੱਲ ਬਣ ਗਈ? ਕਹਿੰਦੇ ਪਿਤਾ ਜੀ ਨੇ ਆਪਦੇ ਪਿੰਡੇ ਦੇ ਉੱਤੇ ਆਪਣੀ ਬੌਡੀ ਦੇ ਉੱਤੇ ਤਨ ਦੇ ਉੱਤੇ ਸਾਰੀਆਂ ਸਮੱਸਿਆਵਾਂ ਲੈ ਲਈਆਂ, ਜੇਕਰ ਉਹ ਜੇਲ੍ਹ ਦੇ ਵਿੱਚ ਨਾ ਜਾਂਦੇ ਤਾਂ ਪਤਾ ਹੀ ਨਹੀਂ ਕੀ ਪਰਲੋਂ ਆ ਜਾਣੀ ਸੀ ਧਰਤੀ ਦੇ ਉੱਤੇ। ਉਹ ਕਹਿੰਦੇ ਸਾਡੇ ਪਿਤਾ ਜੀ ਨੇ ਸਾਰਾ ਕੁਝ ਛੱਡ ਲਿਆ, ਮੈਂ ਕਿਹਾ ਸਦਕੇ ਜਾਵਾਂ ਤੇਰੇ, ਤੈਨੂੰ ਦੇਗੇ ਬਹੁਤ ਵੱਡਾ, ਤੈਨੂੰ ਪਦਮਸ਼੍ਰੀ ਮਿਲਣਾ ਚਾਹੀਦਾ ਤੈਨੂੰ।